ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧੂ ਲੈ ਕੇ ਹਾਜ਼ਰਾਂ ਟੌਪ 20 ਨਿਊਜ਼ ਐਂਡ ਥਿਸ ਵੀਕਿੰਗ ਸਪਾਂਸਰਡ ਬਾਈ ਤਾਬਾ সুইਟਸ ਐਂਡ ਰੈਸਟੋਰੈਂਟਸ ਐਂਡ ਇਕਿਨੌਕਸ ਲੌਜਿਸਟਿਕਸ ਲਾਟਵੀਆ ਚ ਡਿਊਟੀ ਦੌਰਾਨ ਕੈਨੇਡੀਅਨ ਫੌਜੀ ਦੀ ਮੌਤ ਲਾਟਵੀਆਈ ਸਟੇਟ ਪੁਲਿਸ ਰਾਜਧਾਨੀ ਰੀਗਾ ਵਿੱਚੋਂ ਇੱਕ ਕੈਨੇਡੀਅਨ ਫੌਜੀ ਦੀ ਮੌਤ ਦੀ ਜਾਣਕਾਰੀ ਹੈ ਕਿੜੀ ਨੇ ਹਥਿਆਰਬੰਦ ਬਲਾ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਪਟਨ ਆਰੋਨ ਵਾਈਟਮੈਨ ਦੀ ਡਿਊਟੀ ਦੌਰਾਨ ਮੌਤ ਹੋਈ ਹੈ ਰੱਖਿਆ ਸਟਾਫ ਦੇ ਉਪ ਚੀਫ ਅਤੇ ਲੈਫਟੀਨੈਂਟ ਜਨਰਲ ਸਟੀਫਨ ਕੇਲਸੀ ਨੇ ਕਿਹਾ ਹੈ ਕਿ ਵਾਈਟਮੈਨ ਦੀ ਅੰਤਵਾਰ ਨੂੰ ਮੌਤ ਹੋਈ ਹੈ ਫੌਜ ਨੇ ਮੌਤ ਬਾਰੇ ਵਿਸਥਾਰਿਤ ਜਾਣਕਾਰੀ ਨਹੀਂ ਦਿੱਤੀ 5 ਬਿਲੀਅਨ ਡਾਲਰ ਦੀ ਲਾਗਤ ਨਾਲ ਸ਼੍ਰੀਲੰਕਾ ਤੇ ਪਾਰਤ ਵਿਚਾਲੇ ਬਣੇਗੀ ਲਿੰਕ ਸੜਕ ਭਾਰਤ ਤੇ ਸ਼੍ਰੀਲੰਕਾ ਵਿਚਕਾਰ 5 ਬਿਲੀਅਨ ਡਾਲਰ ਦੀ ਲਾਗਤ ਨਾਲ ਇੱਕ ਸੜਕ ਤੇ ਰੇਲਵੇ ਲਿੰਕ ਬਣਾਉਣ ਲਈ ਵਿਚਾਰ ਪਟੰਦਰਾਂ ਤੇ ਪੜਾਤੇ ਹੈ ਇਹ ਜਾਣਕਾਰੀ ਸ਼੍ਰੀਲੰਕਾ ਦੇ ਵਾਤਾਵਰਣ ਸਕੱਤਰ ਪ੍ਰਭਾਤ ਚੰਦਰਕੀਰਤੀ ਨੇ ਦਿੱਤੀ ਹੈ ਇਸ ਪ੍ਰੋਜੈਕਟ ਦਾ ਸਾਰਾ ਖਰਚਾ ਭਾਰਤ ਚੁਕੇਗਾ ਪ੍ਰਧਾਨ ਅਨੁਰੋਧ ਕੁਮਾਰ ਦੇ ਸਨਾਇਕੇ ਦੀ ਹਾਲੀਆ ਚੋਣ ਤੋਂ ਬਾਅਦ ਦੋ ਵੱਲੇ ਆਧਾਰ ਤੇ ਐਲਾਨ ਕੀਤਾ ਗਿਆ ਇਹ ਪਹਿਲਾ ਵੱਡਾ ਬੁਨਿਆਦੀ ਇਹਨਾਂ ਚਾ ਪ੍ਰੋਜੈਕਟ ਦਾ ਉਦੇਸ਼ ਨਵੀਂ ਦਿੱਲੀ ਦੁਆਰਾ ਚੀਨ ਦੇ ਪ੍ਰਭਾਵ ਨੂੰ ਕੰਟਰੋਲ ਕਰਨਾ ਹੈ। ਪਾਕਿਸਤਾਨ ਚ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ ਪਾਕਿਸਤਾਨ ਦੇ ਲਾਹੌਰ ਚ ਇੱਕ ਕਾਲਜ ਚ ਇੱਕ ਵਿਦਿਆਰਥੀ ਨਾਲ ਹੋਈ ਕਥੇ ਜਬਰ ਜਨਾਹ ਨੂੰ ਲੈ ਕੇ ਪੰਜਾਬ ਸੂਬੇ ਦੀ ਨੈਸ਼ਨਲ ਅਸੈਂਬਲੀ ਦੇ ਬਾਹਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਹੈ ਪ੍ਰਦਰਸ਼ਨਕਾਰੀਆਂ ਵਿਦਿਆਰਥੀਆਂ ਨੇ ਲਾਹੌਰ ਦੇ ਇੱਕ ਕਾਲਜ ਵਿੱਚ ਵਿਦਿਆਰਥੀ ਨਾਲ ਜਬਰ ਜਨਾਹ ਦੇ ਮਾਮਲੇ ਪੰਜਾਬ ਮੈਲਾ ਕਾਲਜ ਛੇੜਛਾੜ ਦੀ ਘਟਨਾ ਤੇ ਵਿਦਿਆਰਥਣਾ ਖਿਲਾਫ ਹਾਦਿਚ ਹੋਈ ਹਿੰਸਾ ਦੀ ਜਾਂਚ ਲਈ ਸੁਤੰਤਰ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਮੈਂਬਰਾਂ ਵਿਦਿਆਰਥੀ ਪ੍ਰਤੀਨਿਧੀ ਵਾਲੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਭਾਰਤੀ ਵਿਦੇਸ਼ ਮੰਤਰੀ ਐਜੇ ਸ਼ੰਕਰ ਐਸੀਓ ਦੀ ਮੀਟਿੰਗ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚੇ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ੀਫ ਨੇ ਪਾਕਿਸਤਾਨ ਵਿੱਚ 15 ਅਕਤੂਬਰ ਤੋਂ ਹੋਣ ਵਾਲੀ ਐਸੀਓ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਕਿਹਾ ਹੈ ਕਿ ਮੋਦੀ ਅਹੁਦੇ ਤਾ ਚੰਗਾ ਹੁੰਦਾ। ਨਸਲ ਪਾਕਿਸਤਾਨ ਨੇ ਅਗਸਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਐਸੀਓ ਵਿੱਚ ਸੱਦਾ ਭੇਜਿਆ ਸੀ ਪਰ ਦੋਨੋਂ ਦੇਸ਼ਾਂ ਦੇ ਖਰਾਬ ਸਬੰਧਾਂ ਕਾਰਨ ਵਿਦੇਸ਼ ਮੰਤਰੀ ਐਜੇ ਸ਼ੰਕਰ ਇਸ ਮੀਟਿੰਗ 'ਚ ਸ਼ਾਮਲ ਹੋਣਗੇ। ਜੇ ਸ਼ੰਕਰ ਸ਼ਾਮ ਕ੍ਰੀਪ 4 ਵਜੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚੇ ਉਹ ਤੇ तकरीबन 24 ਘੰਟੇ ਬਤਾਣਗੇ ਕਿਹੜਾ ਸਰਕਾਰ ਨੇ ਭਾਰਤੀ ਡਿਪਲੋਮੇਟਾਂ ਤੇ ਕੀਤੀ ਕਾਰਵਾਈ ਇਹ ਜਿਹੜੇ ਮਾਮਲੇ ਨੂੰ ਲੈ ਕੇ ਪਹਿਲਾਂ ਭਾਰਤ ਸਰਕਾਰ ਵੱਲੋਂ 6 ਡਿਪਲੋਮੇਟਾਂ ਨੂੰ ਕੰਡਾ ਦੀ ਖਬਰਾਂ ਸਾਹਮਣੇ ਆ ਰਹੀਆਂ ਸੀ ਇਸ ਸਮਗਰੋਂ ਹੁਣ ਕਿਹੜਾ ਸਰਕਾਰ ਵੱਲੋਂ ਵੀ ਕੁਝ ਅਜੀਹੇ ਐਕਸ਼ਨ ਪਾਤੀ ਡਿਪਲੋਮੇਟਾਂ ਦੇ ਖਿਲਾਫ ਲਿਆ ਗਿਆ ਤਾਜ਼ਾ ਮਾਮਲੇ ਵਿੱਚੋਂ ਕਿਹੜਾ ਦੀ ਸਰਕਾਰ ਨੇ 6 ਭਾਰਤੀ ਡਿਪਲੋਮੇਟਾਂ ਨੂੰ ਹੀ ਕਿਹੜਾ ਛੱਡਣ ਨਹੀਂ ਗਿਆ ਇਸ ਦੌਰਾਨ ਪੁਲਿਸ ਨੇ ਇਹਨਾਂ ਅਧਿਕਾਰੀਆਂ ਖਿਲਾਫ ਕਿਹੜਾ ਵਿੱਚ ਹਿੰਸਾ 'ਚ ਭਾਰਤੀ ਸਰਕਾਰ ਦੇ ਸ਼ਾਮਲ ਹੋਣ ਦੀ ਸਬੂਤ ਇਕੱਠੇ ਕੀਤੇ ਸੀ ਇਮਰਾਨ ਖਾਨ ਦੀ ਪਾਰਟੀ ਦੇ ਐਸਈਓ ਸੰਮੇਲਨ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਕੀਤਾ ਖਤਮਾ ਪਾਕਿਸਤਾਨ ਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਰੀਕੇ ਇਨਸਾਫ ਨੇ ਆਪਣਾ ਵਿਰੋਧ ਖਤਮ ਕਰ ਦਿੱਤਾ ਹੈ ਕਿਉਂਕਿ ਸ਼ੰਗਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੀ ਸਰਕਾਰ ਦੇ ਮੁਖੀਆਂ ਦੀ ਕੌਂਸਲ ਦੀ 23ਵੀਂ ਬੈਠਕ ਸੱਤ ਸੁਰੱਖਿਆ ਵਿਚਾਰ ਸ਼ੁਰੂ ਹੋਣ ਜਾਣੀ ਹੈ ਦੋ ਰੋਜ਼ਾ ਮੀਟਿੰਗ ਵਿੱਚ ਆਰਥਿਕਤਾ ਵਪਾਰ ਵਾਤਾਵਰਣ ਅਤੇ ਸਮਾਜਿਕ ਸੱਭਿਆਚਾਰ ਸਬੰਧਾਂ ਦੇ ਖੇਤਰਾਂ ਵਿੱਚ ਚੱਲ ਰਹੇ ਸਹਿਯੋਗ ਬਾਰੇ ਚਰਚਾ ਕੀਤੀ ਜਾਵੇਗੀ ਤੇ ਸੰਸਥਾ ਦੇ ਕੰਮਕਾਰ ਦੀ ਸਮੀਖਿਆ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ বাস ਹਾਦਸਾ ਗ੍ਰਸਤ ਉੱਤਪੂਰਬੀ ਮਿਸਰ ਚੋ ਇੱਕ ਹਾਈਵੇ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ বাস ਦੇ ਹਾਦਸਾ ਗ੍ਰਸਤ ਹੋ ਕੇ ਪਲਟ ਗਈ ਹੈ ਜਿਸ ਦੇ ਨਾਲ 12 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਤੇ 33 ਜਣੇ ਜ਼ਖਮੀ ਦੱਸੇ ਜਾ ਰਹੇ ਹੈ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ বাস ਸੂਇਜ਼ ਸਥਿਤ ਰਲਾਲਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ ਇਹ ਹਾਦਸਾ ਆਈਨ ਸੋਖਨ ਹਾਈਵੇ ਤੇ ਉਸ ਸਮੇਂ ਵਾਪਰਿਆ ਜਦੋਂ বাস ਵਿਦਿਆ ਅੱਥਰੂ ਕਾਟ ਛੱਡਣ ਜਾ ਰਹੀ ਸੀ ਆਸਟ੍ਰੇਲੀਆ ਚ ਗੋਲੀਬਾਰੀ ਇੱਕ ਵਿਅਕਤੀ ਚੱਕਮੀ ਆਸਟ੍ਰੇਲੀਆ ਦੇ ਮਲਬੌਨ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਵਿੱਚ ਸਵੇਰੇ ਵਿਅਕਤੀ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਸਟ੍ਰੇਲੀਆ ਰਾਜ ਵਿਕਟੋਰੀਆ ਦੀ ਪੁਲਿਸ ਨੇ ਦੱਸਿਆ ਕਿ ਸਾਨਕ ਸਮੇਂ ਦੇ ਅਨੁਸਾਰ ਸਵੇਰੇ 3:30 ਵਜੇ ਇੱਕ 26 ਸਾਲਾ ਵਿਅਕਤੀ ਨੂੰ ਸੀਬੀਜੀ ਵਿੱਚ ਇੱਕ ਰਾਹਗੀਰ ਦੁਆਰਾ ਉਸ ਦੇ ਸਰੀਰ ਦੇ ਉੱਪਰਲੇ ਹਿੱਸੇ 'ਚ ਗੋਲੀ ਲੱਗੀ ਹੋਈ ਮਿਲੀ ਹੈ ब्रिटेन چو ਪਾਰਤੀ ਪੇਸ਼ੀਵਰਾਂ ਦੀ ਸੰਖਿਆ ਸਭ ਤੋਂ ਵੱਧ ਬ੍ਰਿਟੇਨ ਵਿੱਚ ਸਭ ਤੋਂ ਵੱਧ ਪੇਸ਼ੀਵਰ ਕਾਮਿਆਂ ਵਾਲਾ ਨਸਲੀ ਸਮੂਹ ਪਾਰਤੀ ਹੈ ਇੱਕ ਜਨਤਕ ਨੀਤੀ ਦੇ ਉਦੇਸ਼ਾਂ ਲਈ ਸਾਰੀ ਨਸਲੀ 카ਟ ਗਿਣਤੀਆਂ ਨੂੰ ਇੱਕ ਸਮੂਹ ਦੇ ਰੂਪ ਵਿੱਚ ਮੰਨਾ ਹੋ ਦੇਸ਼ ਅਰਥ ਹੀ ਹੋ ਗਿਆ ਹੈ ਇੱਕ ਨਵੇਂ ਥਿੰਕ ਟੈਂਕ ਦੇ ਵਿਸ਼ਲੇਸ਼ਣ ਵਿੱਚ ਸਿੱਟਾ ਕੱਢਿਆ ਗਿਆ ਪੋਲਿਸੀ ਐਕਸਚੇਂਜ ਵੱਲੋਂ ਪ੍ਰਕਾਸ਼ਿਤ ਆਧੁਨਿਕ ਬ੍ਰਿਟੇਨ ਦਾ ਇੱਕ ਪੋਰਟਰੇਟ ਨਸਲ ਤੇ ਧਰਮ ਦੇਸ਼ ਵਿੱਚ ਵਾਕਵਕ ਨਸਲੀ ਸਮੂਹਾਂ ਦੀ ਜਨਸੰਖਿਆ ਵਿਦਿਅਕ ਸਹਿਤ ਹੀ ਆਰਥਿਕ

ਪੰਚਾਇਤ ਚੋਣਾਂ 'ਚ 68% ਦੀ ਪੋਲਿੰਗ ਪੰਜਾਬ ਵਿੱਚ ਪੰਚਾਇਤ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਦਰਮਿਆਨ VOTING ਦਾ ਅਮਲ ਮੁਕੰਮਲ ਹੋ ਗਿਆ ਹੈ VOTING ਦੌਰਾਨ ਸੂਬੇ ਵਿੱਚ ਤਿੰਨ ਥਾਵਾਂ ਤੇ ਗੋਲੀਆਂ ਚੱਲੀਆਂ ਇਸ ਕਾਰਨ ਦੋ ਛੜੇ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਪੰਜਾਬ ਦੇ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿੱਚ ਝੜਪਾਂ ਹੋਈਆਂ ਤੇ ਕੁਝ ਥਾਵਾਂ ਤੇ ਪੱਥਰਬਾਜ਼ੀ ਵੀ ਹੋਈ ਹੈ ਕਈ ਥਾਵਾਂ ਤੇ ਪੁਲਿਸ ਮੁਲਾਜ਼ਮ ਸਣੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ ਬਾਬਾ ਸਿਦੀਕੀ ਕਤਲ ਮਾਮਲਾ ਪੁਲਿਸ ਵੱਲੋਂ ਇੱਕ ਹੋਰ ਗ੍ਰਿਫਤਾਰੀ ਐਨਸੀਪੀ ਆਗੂ ਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿਦੀਕੀ ਦੇ ਕਤਲ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮ ਦੀ ਪਛਾਣ ਹਰੀਸ਼ ਕੁਮਾਰ ਬਲਕਰਾਮ ਵਜੋਂ ਹੋਈ ਹੈ ਜੋ ਉੱਤਰ ਪ੍ਰਦੇਸ਼ ਦੇ ਮਹਿਰਾਇਚ ਦਾ ਰਹਿਣ ਵਾਲਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਉਸਨੇ ਸ਼ੂਟਰ ਨੂੰ ਪੈਸੇ ਤੇ ਹੋਰ ਲੌਜਿਸਟਿਕ ਸਹਾਇਤਾ ਦਿੱਤੀ ਸੀ ਕਲਕੱਤਾ ਚ ਜੂਨੀਅਰ ਡਾਕਟਰ ਵੱਲੋਂ ਕੀਤੀ ਵੱਡੀ ਗਿਣਤੀ ਲੋਕ ਰੈਲੀ ਚ ਹੋਈ ਸ਼ਾਮ ਮੇਂ ਕਲਕੱਤਾ ਹਾਈ ਕੋਰਟ ਵੱਲੋਂ ਰੈਡ ਰੋਡ ਤੇ ਦੁਰਗਾ ਪੂਜਾ ਕਾਰਨੀਵਲ ریلی ਖੇਤਰਾਂ ਵਿੱਚ ਪਾਬੰਦੀ ਦੇ ਹੁਕਮਾਂ ਨੂੰ ਰੱਦ ਕੀਤੀ ਜਾਣ ਤੋਂ ਤੁਰੰਤ ਬਾਅਦ ਮੁਜ਼ਾਹਕਾਰੀ ਜੂਨੀਅਰ ਡਾਕਟਰਾਂ ਨੇ ਸ਼ਹਿਰ ਦੇ ਐਸਪਲੇਨੀਡ ਖੇਤਰ ਵਿੱਚ ਰਾਣੀ ਰਸ਼ਮੂਨੀ ਰੋਡ ਤੋਂ ਆਪਣਾ ਦਰੋਹਰ ਕਾਰਨੀਵਲ ਸ਼ੁਰੂ ਕੀਤਾ ਅੱਜਕਰ ਮੈਡੀਕਲ ਕਾਲਜ ਦੇ ਹਸਪਤਾਲ ਚ ਵਾਪਰੀ ਜਬਰ ਜਨਾਹ ਤੇ ਕਤਲ ਦੀ ਘਟਨਾ ਖਿਲਾਫ ਰੋਸ਼ ਪਰਗਟਾਰੇ ਡਾਕਟਰ ਇਜ਼ਰਾਈਲੀ ਚੋਡੀ ਕਿੰਨੇ ਲੋਕ ਸ਼ਾਮਿਲ ਹੋਏ ਆ ਮਹਾਰਾਸ਼ਟਰ ਦੀਆਂ 288 ਸੀਟਾਂ ਲਈ ਕੁਪੜਾਚੋ 20 ਨਵੰਬਰ ਨੂੰ ਪੈਣਗੀਆਂ ਵੋਟਾਂ ਭਾਰਤੀ ਚੋਣ ਕਮਿਸ਼ਨ ਨੇ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਅਸੈਂਬਲੀ ਚੋਣਾਂ ਲਈ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ ਮਹਾਰਾਸ਼ਟਰ ਵਿੱਚ ਕੈਰ ਰੇ ਗੇਟ ਤਹਿਤ 20 ਨਵੰਬਰ ਨੂੰ ਵੋਟਾਂ ਪੈਣਗੀਆਂ ਜਦੋਂ ਕਿ ਝਾਰਖੰਡ ਵਿੱਚ 13 ਨਵੰਬਰ ਤੇ 20 ਨਵੰਬਰ ਨੂੰ ਦੋ ਪੜਾਵਾਂ 'ਚ ਪੋਲਿੰਗ ਹੋਵੇਗੀ ਦੋਵਾਂ ਰਾਜਾਂ ਲਈ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਕੀਤੀ ਜਾਵੇਗੀ ਚੋਣਾਂ ਦੇ ਐਲਾਨ ਨਾਲ ਦੋਵਾਂ ਰਾਜਾਂ ਵਿੱਚ ਅਨਸ਼ਟ ਚੋਣ ਜਾਬਤਾ ਫੌਰੀ ਲਾਗੂ ਹੋ ਗਿਆ ਹੈ ਪੰਚਾਇਤੀ ਚੋਣਾਂ 'ਚ ਆਪ ਦੇ ਜ਼ਿਲ੍ਹਾ ਪ੍ਰਧਾਨ ਦੀ ਗੱਡੀ ਦੀ ਕੀਤੀ ਗਈ ਪੰਤੋੜ ਪਿੰਡ ਆਕਲੀਆਂ ਕਲਾ ਵਿੱਚੋਂ ਪੰਚਾਇਤ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਤੇ ਟਰੱਕ ਜੂਨੀਅਰ ਨਾ ਗੋਨਿਆਣਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਗੱਡੀ ਦੀ ਪੰਤੋੜ ਕੀਤੀ ਗਈ ਹੈ ਇਹ ਪੰਤੋੜ ਸ਼ਰਾਤ ਯੰਸਾ ਵੱਲੋਂ ਕੀਤੀ ਗਈ ਹੈ ਜ ਜਿਹਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਆ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਆਮ ਆਦਮੀ ਪਾਰਟੀ ਦੇ ਵਿਦਵਾਰ ਕਾਲਾ ਸਿੰਘ ਦੀ ਮਦਦ ਕਰ ਰਿਹਾ ਸੀ ਸਵੇਰੇ 11:30 ਵਜੇ ਜਦੋਂ ਉਹਨਾਂ ਦਾ ਭਰਾ ਜਸਪ੍ਰੀਤ ਸਿੰਘ ਆਪਣੀ ਕਾਰ ਆ ਪੋਟਾ ਭੁਗਤਾ ਰਿਹਾ ਸੀ ਤਾਂ ਇਸ ਦੌਰਾਨ ਪਿੰਡ ਦੇ ਕੁਝ ਨੌਜਵਾਨਾਂ ਨੇ ਹਥਿਆਰਾਂ ਤੇ ਡੰਡਿਆਂ ਨਾਲ ਹਮਲਾ ਕਰਦੇ ਹੋਏ ਉਹਨਾਂ ਦੀ ਗੱਡੀ ਦੀ ਪੰਨ ਤੋੜ ਕਾ ਦਿੱਤੀ ਹੈ ਸ਼ਿਕਾਲ ਤੱਕ ਸਾਹਿਬ ਵੱਲੋਂ ਵਲਟੋਹਾ ਖਿਲਾਫੋ ਸਖਤ ਕਾਰਵਾਈ ਸ਼ਿਕਾਲ ਤੱਕ ਸਾਹਿਬ ਦੇ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼ੋਮਨੀ ਅਕਾਲੀ ਦਲ ਦੇ ਆਗੂ ਤੇ ਬਲਾਰੇ ਵਿਰਸਾ ਸਿੰਘ ਵਲਟੋਹਾ ਖਿਲਾਫੋ ਸਖਤ ਫੈਸਲਾ ਲੈਂਦਿਆਂ ਉਸ ਨੂੰ ਸ਼ੋਮਨੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੇ ਹੋਰ ਸਾਰੀ ਅਹੁਦਿਆਂ ਤੋਂ ਬਰਖਾਸਤ ਕਰ ਦੇ ਆਦੇਸ਼ ਦਿੱਤੇ ਹੈ ਇਹ ਆਦੇਸ਼ ਸ਼ੋਮਨੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਜਾਰੀ ਕੀਤੇ ਗਏ ਹੈ ਆਪ ਵਿਧਾਇਕਾਂ ਸੰਸਦ ਮੈਂਬਰਾਂ ਤੇ ਭਾਜਪਾ ਗੂਨ ਦੇ ਕਰਾਗੇ 18 ਤੋਂ ਪੱਕੇ ਮੋਰਚਾ ਲਾਉਂਦਾ ਐਲਾਨ ਪੰਜਾਬ ਚ ਚੋਨੇ ਦੀ ਸਹੀ ਟੰਗ ਨਾਲ ਖਰੀਦ ਨਾ ਹੋਣ ਤੇ ਮੰਡੀਆਂ ਵਿੱਚੋਂ ਫਸਲ ਦੀ ਚੁਕਾਈ ਨਾ ਹੋਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਨੇ ਸਾਰਾ ਅਕਤੂਬਰ ਤੋਂ ਸੂਬੇ ਦੇ ਸਾਰੇ ਟੋਲ ਪਲਾਜ਼ੇ ਪਰਚੀ ਮੁਕਤ ਕਰਨ ਦਾ ਐਲਾਨ ਕੀਤਾ ਐ ਐਲਾਨ ਬੀ ਕੇ ਯੂ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਤੇ ਜਰਨਲ ਸਕੱਤਰ ਸੁਖਦੇਵ ਸਿੰਘ ਓਕਰੀ ਕਲਾ ਨੇ ਕੀਤਾ ਹੈ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਜਿਮਨੀ ਚੋਣ 13 ਨਵੰਬਰ ਨੂੰ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣਾ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ 4 ਵਿਧਾਨ ਸਭਾ ਹਲਕਿਆਂ ਜੇਰਾ ਬਾਬਾ ਨਾਨਕ ਚੱਬੇਵਾਲ ਗਿੱਦਲਵਾਹਾ ਤੇ ਬਰਨਾਲਾ ਲਈ ਜਿਮਨੀ ਚੋਣ 13 ਨਵੰਬਰ ਨੂੰ ਹੋਵੇਗੀ ਜਦੋਂ ਕਿ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ ਜਿਮਨੀ ਚੋਣਾ ਦੇ ਐਲਾਨ ਨਾਲ ਹੀ ਚਾਰਜ ਲਿਆ ਗੁਰਦਾਸਪੁਰ ਹੁਸ਼ਿਆਰਪੁਰ ਸ਼ਿਮਕਸ ਸਾਹਿਬ ਤੇ ਬਰਨਾਲਾ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਜੋ ਅੱਛੀ ਨਵੰਬਰ ਤੱਕ ਅਮਲ ਚ ਰਹੇਗਾ। ਸ਼ੋਭਨੀਏ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਿਰੋਧੀ ਧੜੇ ਦੇ ਆਗੂਆਂ ਖਿਲਾਫ ਸ਼ਿਕਾਇਤਕ ਸਾਹਿਬ ਵੱਲੋਂ ਹੋਣ ਵਾਲੀ ਕਾਰਵਾਈ ਫਿਲਹਾਲ ਪਛੜ ਗਈ ਹੈ। ਹੁਣ ਇਸ ਸੰਬੰਧੀ ਅਗਲਾ ਕੋਈ ਵੀ ਫੈਸਲਾ ਸਿੰਘ ਸਹਿਬਾਨ ਵੱਲੋਂ ਪੰਥਕ ਵਿਦਵਾਨਾਂ ਤੇ ਸਿੱਖ ਜਥੇਬੰਦੀਆਂ ਦਾ ਇਕੱਠ ਸੱਦ ਕੇ ਉਹਨਾਂ ਦੀ ਰਾਏ ਲੈਣ ਮਗਰੋਂ ਕੀਤਾ ਜਾਵੇਗਾ। ਇਹ ਖੁਲਾਸਾ ਸ਼ਿਕਾਇਤਕ ਸਾਹਿਬ ਦੇ ਜਥੇਦਾਰ ਕਨਿਰਗਵੀਰ ਸਿੰਘ ਤੇ ਉਹਨਾਂ ਨਾਲ ਮੌਜੂਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ। ਕਿਸਾਨਾ ਬਲੋ ਜੀਪੀ ਦੀ ਕਾਲਾ ਬਾਜ਼ਾਰੀ ਰੋਕਣ ਦੀ ਮੰਗ ਪਗੜੀ ਸੰਭਾਲ ਚੋਟਾ ਕਿਸਾਨ ਸੰਘਾਸ਼ ਸਮਿਤੀ ਹਰਿਆਣਾ ਦੇ ਇੱਕ ਵਫਦ ਨੇ ਜ਼ਿਲ੍ਹਾ ਕਨਵੀਨਰ ਕੁਲਦੀਪ ਸਿੰਘ ਸੁਖਚੈਨ ਦੀ ਪ੍ਰਧਾਨਗੀ ਹੇਠ ਕਾਲਾਵਾਲੀ ਦੇ ਐਸਡੀਐਮ ਸੁਰੇਸ਼ ਰਵੀਸ਼ ਨਾਲ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਉਹਨਾਂ ਦੇ ਐਸਡੀਐਮ ਨੂੰ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬੰਦੀ ਜਾਣੂ ਕਰਵਾਇਆ ਹੈ ਇਹਦੇ ਨਾਲ ਹੀ ਜੀਪੀ ਖਾਦ ਦੀ ਹੋਰ ਹੀ ਕਾਲਾ ਬਾਜ਼ਾਰੀ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ ਲॉ ਯੂਨੀਵਰਸਿਟੀ ਮਾਮਲਾ ਇਕੱਠੇ ਬੈਠੇ ਯੂਨੀਵਰਸਿਟੀ ਦੇ ਵਿਦਿਆਰਥੀ ਰਾਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਨੂੰ ਚਾਲਦਾ ਕਰਨ ਲਈ ਚੱਲ ਰਿਹਾ ਵਿਦਿਆਰਥੀ ਸੰਘਰਸ਼ ਬੇਸ਼ੱਕ ਅਜੇ ਵੀ ਜਾ ਰਿਹਾ ਹੈ ਪਰ ਇਸ ਸੰਘਰਸ਼ ਨੂੰ ਠੰਡਾ ਕਰਨ ਲਈ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਵਿਸ਼ੇਸ਼ ਰੋਲ ਨਿਭਾਇਆ ਜਿਸ ਦੇ ਕਰਕੇ ਵਿਦਿਆਰਥੀਆਂ ਨੇ ਆਨਲਾਈਨ ਲਾਈਆਂ ਜਾ ਰਹੀਆਂ ਕਲਾਸਾਂ ਨੂੰ 18 ਅਕਤੂਬਰ ਤੋਂ ਆਫਲਾਈਨ ਲਾਉਣ ਦਾ ਵੀ ਫੈਸਲਾ ਕਰ ਲਿਆ ਪ੍ਰਬੰਧਕਾਂ ਦੀ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਏਸੀ ਹੁਣ ਤੱਕ ਦੀਆਂ ਅਪਡੇਟਸ ਮੈਨੂੰ ਆਸਤਿੱਧੁੰਦੇ ਜਾਜ ਸਤਿ ਸ਼ਕਾਲ